महिमा साधा दी जी महिमा साधा दी कहन कथन तो बारी 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 हरे महिमा साधा दी कहन कथन तो बारी जी कहन कथन तो बारी कहन कथन तो बारी कहन कथन तो बारी कहन कथन तो बारी महिमा कहन कथन तो बारी महिमा कहन कथन तो बारी मन दे नाल लड़दा ते मन कहिंदा बैठा होया सी सतगुरां दे दर्शन पिया करदा सी मन कहिंदा चल चलिए दर्शन ते रोज ही करना अज मन ने ना फकीर नू अगे ला के किथे लै गया कहिंदा तरबूजां दी बहार आई है तरबूजां दी ते चल अज तरबूज खा के आइए दर्शन ते रोज ही करने आखो सतनाम वाहेगुरु साधु लड़दे ने ओ मना ओ ना ये काम ना कर सतगुरु दे नालों टुट के ना ते फिर जन्मां दे वियोग लगदे ने जन्मां दे ते मना ना टुट की करना ही बथेरा इस रसना ने खाधा बड़ा कुछ किया खांदे खांदे मुंह कुथा ते पहन दिया सब अंग वो छड़ा साधुआं दी सरन में जो सुख हैगा ही ना जा पर हुण मन ये मन दे मारे वड्डे वड्डे मन ने मारे वड्डे वड्डे ਆਖੇ ਨਾ ਲੱਗਣਾ ਇਹ ਸਰ ਪਰ ਤੈਨੂੰ ਭੰਗੜਾ ਮਨ ਦੇ ਆਖੇ ਨਾ ਲੱਗਣਾ ਇਹ
ਪੂਰਾ ਕੀਤਾ ਹੋਣਾ। ਬਾਰਿਸ਼ ਪੈਂਦੀ ਹੈ, ਹਨੇਰੀ ਆਉਂਦੀ ਹੈ, ਜਦੋਂ ਵੀ ਕੋਈ ਕਰਮਾਂ ਦਾ ਗੇੜਾ ਅੱਗੇ ਆਉਂਦਾ ਤੇ ਮਨ ਅੱਗੇ ਖਲੋ ਜਾਂਦਾ, ਅਸੀਂ ਮਨ ਦੀ ਸੁਣਨੇ ਆ ਤੇ ਫਿਰ ਜਦੋਂ ਮਨ ਦੀ ਸੁਣਨੇ ਆ ਤੇ ਬਣ ਕੀ ਜਾਂਦੇ ਆ, ਮਨ ਮੁੱਖ ਕੀ ਬਣ ਜਾਂਦੇ ਆ, ਮਨ ਮੁੱਖ। ਮਨ ਨੇ ਕਿਹਾ ਭਾਈ ਗਰਮੀ ਬੜੀ ਹੈ, ਛੱਡ ਠਾ ਏ ਸੀ ਥੱਲੇ ਪਈ। ਮਨ ਨੇ ਕਿਹਾ ਛੱਡ ਪਰਾ, ਉਹਨਾਂ ਨੇ ਖੋਰੇ ਹਟਣਾ ਵੀ ਹੈ ਕਿ ਨਹੀਂ ਹਟਣਾ। ਮਨ ਕਹਿੰਦਾ ਬਸ ਕਰ ਹੁਣ, ਚੱਲ ਚਲੀਏ, ਇੱਕ ਦਾ ਸੁਣ ਲਿਆ, ਦੋ ਦਾ ਸੁਣ ਲਿਆ, ਤਿੰਨ ਦਾ ਦੀਵਾਨ ਸੁਣ ਲਿਆ, ਚੱਲ ਚਲੀਏ। ਪਰ ਸੰਤ ਮਹਾਂਪੁਰਸ਼ ਕੀ ਕਹਿੰਦੇ ਨੇ, ਇਸ ਮਨ ਦੇ ਆਖੇ ਨਾ ਲੱਗਣਾ, ਮਨ ਦੇ ਆਖੇ ਨਾ ਲੱਗਣਾ, ਇਸ ਮਨ ਦੇ ਆਖੇ ਨਾ ਲੱਗਣਾ, ਇਸ ਮਨ ਦੇ ਆਖੇ ਨਾ ਲੱਗਣਾ। ਉਹ ਫਕੀਰ ਨੂੰ ਮਨ ਨੇ ਅੱਗੇ ਲਾ ਲਿਆ ਤੇ ਲੈ ਕੇ ਕਿੱਥੇ ਪਹੁੰਚ ਗਿਆ ਭਾਈ? ਬਿਲਕੁਲ ਕਿੱਥੇ ਪਹੁੰਚਿਆ, ਜਿੱਥੇ ਤਰਬੂਜ਼ਾਂ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਸਨ। ਫਕੀਰ ਵੀ ਜਿਹੜਾ ਸੀ ਮਨ ਦੇ ਨਾਲ ਝਗੜਾ ਪਿਆ ਕਰਦਾ ਸੀ, ਕਹਿੰਦਾ ਚੰਗਾ ਜੇ ਤੂੰ ਨਹੀਂ ਮੁੜਦਾ, ਲੈ ਫੜ ਤੈਨੂੰ ਮੈਂ ਰੇਹੜੀ ਦੀ ਲਾ ਕੇ ਖਿਲਾ ਤੇ ਸਕਦਾ, ਪਰ ਮੇਰੇ ਕੋਲ ਪੈਸੇ ਕੋਈ ਨਹੀਂ, ਮੈਂ ਤੈਨੂੰ ਖਵਾ ਨਹੀਂ ਸਕਦਾ, ਵੇਖ ਲੈ। ਹੁਣ ਮਨ ਕੀ ਕਰਨ ਲੱਗਾ, ਹੋਰ ਸੱਟ ਮਾਰਨ ਲੱਗਾ। ਇਹ ਮਨ ਜਿਹੜਾ ਜਦੋਂ ਕਰਾਉਣ ਤੇ ਆਉਂਦਾ ਤੇ ਬੜੀਆਂ ਨੀਚ ਹਰਕਤਾਂ ਕਰਵਾ ਦਿੰਦਾ, ਇਹ ਤੇ ਇਹੋ ਜਿਹਾ ਕੰਮ ਕਰਵਾ ਦਿੰਦਾ। ਸਤਿਗੁਰ ਦੇਣ ਲੱਗੇ ਧੰਨ ਗੁਰੂ ਨਾਨਕ ਘਰ ਦੀ ਸੇਵਾ ਭਾਈ ਗੋਪਾਲੇ ਨੂੰ ਤੇ ਘੋੜਿਆਂ ਤੇ ਰੀਝ ਗਿਆ, ਆਖੋ ਸਤਨਾਮ। ਸੰਗਤ ਜੀ, ਸੰਤ ਬਚਨ ਕਰਦੇ ਨੇ, ਇਹ ਮਨ ਹੀ ਹੈ। ਵਾਹ ਵਾਹ। ਇੱਕ ਰਾਜਾ ਰਾਜ ਛੱਡ ਕੇ ਨਾ ਮਹਾਂਪੁਰਖਾਂ ਦੀ ਸੇਵਾ ਤੇ ਲੱਗ ਗਿਆ। ਰਾਜਾ ਰਾਜ ਛੱਡ ਕੇ ਮਹਾਂਪੁਰਖਾਂ ਦੀ ਸੇਵਾ ਤੇ ਲੱਗ ਗਿਆ, ਸਭ ਕੁਝ ਛੱਡਤਾ, ਫਕੀਰੀ ਹਾਲਤ ਹੈ। ਸਵੇਰੇ ਇਸ਼ਨਾਨ ਕਰਾਉਂਦਾ, ਅੰਮ੍ਰਿਤ ਵੇਲੇ ਮਹਾਂਪੁਰਖਾਂ ਨੂੰ ਜਲ ਭਰ ਕੇ ਲਿਆਉਂਦਾ, ਰੋਜ਼ ਨੇਮ ਹੈ। ਅੱਜ ਗੁਰਮੁਖੋ ਪੂਰਨਮਾਸ਼ੀ ਦੀ ਰਾਤ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕਰਾਉਣ ਵਾਸਤੇ ਬਾਲਟੀ ਸਿਰ 'ਤੇ ਚੱਕੀ ਹੋਈ ਹੈ ਮਹਾਂਪੁਰਖਾਂ ਵਾਸਤੇ। ਅਤੇ ਗੁਰਮੁਖੋ ਕੀ ਵੇਖਿਆ, ਚਾਂਦਨੀ ਰਾਤ, ਗੁਰਮੁਖੋ ਚੰਦ ਬਹੁਤ ਤੇਜ਼ ਹੁੰਦਾ, ਅਤੇ ਜਾਂਦਾ ਜਾਂਦਾ ਧਿਆਨ ਮਾਰਿਆ ਥੱਲੇ ਪੈਰਾਂ ਦੇ ਕੋਲ ਕੁਛ ਚਮਕਦਾ ਪਿਆ, ਪੈਰ ਮਾਰ ਕੇ ਵੇਖਿਆ, ਲੱਗੀ ਨਾ ਸਮਝ। ਗੁਰਮੁਖੋ ਹੱਥ ਮਾਰਿਆ ਤੇ ਕੀ ਸੀ, ਪਾਨ ਖਾ ਕੇ ਕਿਸੇ ਨੇ ਥੁੱਕਿਆ ਹੋਇਆ ਸੀ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਪਾਨ ਖਾ ਕੇ ਨਾ ਥੁੱਕਿਆ ਸੀ ਕਿਸੇ ਦਾ, ਜਦੋਂ ਹੱਥ ਮਾਰਿਆ ਕਹਿੰਦਾ ਲੱਗਦਾ ਕੋਈ ਹੀਰਾ ਪਿਆ, ਕੋਈ ਰਤਨ ਪਿਆ। ਜਦੋਂ ਹੱਥ ਲਾਇਆ ਤੇ ਉਹ ਪਾਨ ਦਾ ਥੁੱਕ ਸੀ। ਤੇ ਗੁਰਮੁਖੋ ਮਨ ਨੂੰ ਲਾਹਨਤਾ ਪਾਉਂਦਾ, ਕਹਿੰਦਾ ਸਭ ਕੁਝ ਛੱਡ ਕੇ ਆ ਗਿਆ, ਕਿੱਥੇ ਆ ਕੇ ਡਿੱਗਿਆ। ਗੁਰਮੁਖੋ ਮਹਾਂਪੁਰਖ ਕਹਿੰਦੇ ਹੁੰਦੇ ਸਨ, ਇਹ ਮਨ ਦੀ ਅਵਸਥਾ ਹੈ, ਚੜ੍ਹਦੇ ਤੇ ਟੀਲੇ ਤੇ, ਡਿੱਗਦੇ ਤੇ ਟੀਲੇ ਤੇ, ਆਖੋ ਸਤਨਾਮ। ਵਾਹਿਗੁਰੂ ਜੀ। ਇਸ ਮਨ ਦੇ ਆਖੇ, ਮਨ ਦੇ ਆਖੇ ਨਾ ਲੱਗਣਾ, ਮਨ ਦੇ ਆਖੇ ਨਾ ਲੱਗਣਾ, ਇਸ ਮਨ ਦੇ ਆਖੇ ਨਾ ਲੱਗਣਾ, ਮਨ ਦੇ ਮਤੇ ਨਾ ਚੱਲੀਏ, ਮਨ ਦੇ ਮਤੇ ਅਨੇਕ, ਮਨ ਦੇ ਮਾਰੇ ਮਰ ਗਏ, ਮਨ ਦੇ ਮਾਰੇ ਮਰ ਗਏ, ਮਨ ਦੇ ਮਾਰੇ ਮਰ ਗਏ, ਮਨ ਦੇ ਮਾਰੇ ਮਰ ਗਏ। ਕਈ ਕਾਜੀ ਮੁੱਲਾ ਸ਼ੇਖ, ਇਸ ਮਨ ਦੇ ਮਨ ਦੇ ਆਖੇ ਨਾ ਲੱਗਣਾ, ਸੰਤਾਂ ਨੇ ਫਕੀਰ ਨੇ ਜਾ ਕੇ ਰੇਹੜੀ ਦੇ ਕੋਲ ਖਿਲਾਰ ਦਿੱਤਾ, ਲੈ ਮਨਾ ਖਾੜਾ, ਪਰ ਮੇਰੇ ਕੋਲ ਪੈਸੇ ਕੋਈ ਨਹੀਂ, ਮੈਂ ਲੈ ਕੇ ਨਹੀਂ ਦੇ ਸਕਦਾ।
हुण मन होर नी झरकत कर लगा। कहिंदा जे रेड़ी तो नहीं खा सकदा ते आ चीर चीर के लाला जिहड़ा खांदा है ते छिकड़ा थले सुटदा उन्हां छिलड़ां नूं ही खा लै। मेरी प्यास ते बुझ जे, तृष्णा ते बुझ जे। कदी इस तरह साडे मन की अवस्था होंदी है भाई, ध्यान दईए। महाराज किसी ने यह विरले की बुझी है, तृष्णा विरले ही की बुझी है। कोई विरला है, बिन संतोख नहीं को राजा, संतोख ही नहीं। ते महाराज को हाथ जोड़ के मंगते ने साधु, कहते ने महाराज जी तुद बिन होर जे मंगना, सिर दुखा के दे नाम संतोखिया। संतोख वाली चीज नहीं नाम, परमेश्वर दा जेड़ा अंदर वड़ जाए तो फिर संतोख ही आ जाए। भावे दस दस दिन भी भी दिन भुखिया बैठा ना, तमा ना आए। फरीदा रोटी मेरी काट की ते लावण मेरी गज के, लावण मेरी भुख, जिन्ना खाती चोपड़ी घने सहन गए दुख उथे पहुंच गए। ओ फकीर ने क्या फिर अच्छा लै आप मर लै, जे तू गुरु नू छड़ के आया ते गंद विच मुंह मारना लै फड़ खा। हुण फकीर उतो छिलड़ा फड़ के खाण लग पिया, छिलड़ा फड़ के खांदा। दुनिया वाले वेखदे ने ओ ये कोई ना मंगण वाला लगता है, ये ना कोई भला पुरश नहीं लगता, पर अंदरों अंदरी मन नाल लड़ाई चलती सी। वो मना गुरु नू छड़ के ऐस पासे आया तो फिर तेनू हुण गंद खाना पैंदा, झूठियां छिलड़ां खानियां पैंदियां। भाई साडा भी हाल एवें ही है, जदों गुरु नू छड़ने आ फिर दर दर दियां ठोकरां हर थां ते जाके, फिर जदों अपने तो मुख मोड़ लईए, जदों अपने तो मुख मोड़ लईए अपने सारे ही मुख मोड़ जांदे ने। आखो सतनाम। अपने तो जो मोड़िया गया ना फिर अपना कोई नहीं रहिंदा। ओ फकीर छिलड़ा पिया खवांदा सी, ओ लाला जिहड़ा सी अपने चाकू नाल छिल छिल के थले छिलड़ा सुटी जांदा सी। लाला छक के ओ खरबूजा अगे चला गया, ओ छिलड़ा ही खाई जावे। जदों वापस आया लाला कहिंदा मेरा तो इत्थे चाकू रह गया, बड़ा कीमती है, मैं उहदे नाल छिलड़ा थले सुटदा सां चीर के खाना। रेड़ी वाला कहिंदा मैं ते वेख्या नहीं, आ जिहड़ा फकीर बैठा है ना जिहड़ा चोर लगदा इहदे कोल ना होवे। उस लाले ने गलमियों फड़ के उठा लिया, ओए मेरा चाकू तो नहीं तेरे कोल। ते हुण साध की कहिंदे ने, साध कहिंदे ने इहनू पुछ, फकीर नू पुछिया लाले ने, ओ मेरा चाकू तो नहीं तेरे कोल। ते फकीर अगो कहिंदा इहनू पुछ, हर नामे नाल गल्लां, अंदर दे नाल ही झगड़ा, बाहर दे झगड़ा ही कोई नहीं, बाहर दी गल ही नहीं। कहिंदा तू लकाउण मारिया भी मैनू देना ना पवे तां कहिंदा, वो कहिंदा मैं कहिंदा ते सही हाँ, इहनू पुछ जिहड़ा मैनू लैके आया। हुण लाले ने आखिया इदा नहीं देंदा, दो घसुन मारे। जदों घसुन मारे ते फकीर अगो की आंदा, कहिंदा होर मार इहनू, उहने होर दो मारे। तेरे प्यारियां दी रमज निहारी हुंदी आ, तेरे प्यारियां दी रमज निहारी हुंदी आ, तेरे प्यारियां दी रमज निहारी हुंदी आ, तेरे प्यारियां दी रमज निहारी हुंदी आ। क्यों ओना जिंदड़ी गुरु दे उत्तों वारी हुंदी आ, ओना जिंदड़ी गुरु दे उत्तों वारी हुंदी आ, ओना जिंदड़ी गुरु दे उत्तों वारी हुंदी आ, ओना जिंदड़ी गुरु दे उत्तों वारी हुंदी आ। दारू होर ते होर बीमारी हुंदी आ,
ਤਾਂ ਕੇਰੀ ਕਹਿੰਦੇ ਨੇ ਇਹਨੂੰ ਹੋਰ ਮਾਰ ਜਦੋਂ ਦੋ ਤੇ ਦੋ ਚਾਰ ਮਾਰੇ ਤੇ ਉਹ ਲਾਲਾ ਖਲੋ ਗਿਆ ਕਹਿੰਦਾ ਗੱਲ ਕੋਈ ਹੋਰ ਕਰਦਾ ਮੈਂ ਪੁੱਛਾਂ ਤੇ ਸਹੀ ਉਹ ਤੂੰ ਕਿਹਨੂੰ ਕਹਿੰਦਾ ਮਾਰ ਮੈਂ ਤੇ ਤੈਨੂੰ ਮਾਰਦਾ ਤੂੰ ਅੱਗੋਂ ਕਿਹਨੂੰ ਕਹਿੰਦਾ ਪੈਂਦੀਆਂ ਤੇ ਤੈਨੂੰ ਨੇ ਕਹਿੰਦਾ ਮੈਂ ਉਹਨੂੰ ਕਹਿੰਦਾ ਮਾਰ ਜਿਹਨੇ ਮੇਰਾ ਸਤਿਗੁਰ ਛਡਾ ਕੇ ਆ ਖਰਬੂਜਿਆਂ ਦੇ ਵਿੱਚ ਲਾ ਦਿੱਤਾ ਮੈਨੂੰ ਆਖੋ ਸਤਨਾਮ ਵਾਹਿਗੁਰੂ ਜੀ ਆਹਾ ਲਿਵ ਛੁਟਕੀ ਲੱਗੀ ਆਏਗਾ ਮਾਇਆ ਨੇ ਜੰਜਾਲ ਪਾ ਲਿਆ ਬੰਦਾ ਨਾਮ ਜਪਣੇ ਨੂੰ ਆਇਆ ਸੁਨਾਰ ਨੂੰ ਪਤਾ ਹੁੰਦਾ ਥੋੜੇ ਤੋਂ ਥੋੜਾ ਥੋੜੇ ਤੋਂ ਥੋੜਾ ਉਹਨੂੰ ਹੀ ਸੈੱਟ ਕਰੀ ਜਾਂਦਾ ਸਾਰ ਸੋਨੇ ਦੀ ਤਾਈਂ ਸੁਨਾਰ ਜਾਣੇ ਸਾਰ ਲੋਹੇ ਦੀ ਤਾਈਂ ਲੁਹਾਰ ਜਾਣੇ ਗੂੰਗਾ ਬੋਲਾ ਕੀ ਰਾਗ ਮਲਾਰ ਜਾਣੇ ਸਾਡੇ ਵਰਗਿਆਂ ਨੂੰ ਕੀ ਰਾਗ ਦਾ ਬੋਲਾ ਕਈ ਵਾਰੀ ਕਹਿੰਦੇ ਆ ਮਹਾਂਪੁਰਸ਼ਾਂ ਨੂੰ ਡੰਗਰਾਂ ਦੀਆਂ ਪੂਛਾਂ ਹੀ ਖਿੱਚਣੀਆਂ ਸੀ ਸਾਰੀ ਉਮਰ ਜੇ ਸਤਿਗੁਰ ਦੀ ਨਜ਼ਰ ਨਾ ਹੁੰਦੀ ਜੇ ਗੁਰੂ ਐਂ ਕਰਕੇ ਵੇਖਦਾ ਨਾ ਬਹੁਤਾ ਕੁਝ ਕਿਹਾ ਹੀ ਨਹੀਂ ਬਸ ਐਂ ਕਰਕੇ ਵੇਖਿਆ ਹੀ ਕੁਝ ਵੀ ਨਹੀਂ ਕਿਹਾ ਬੋਲਿਆ ਵੀ ਨਹੀਂ ਨਾਨਕ ਨਜ਼ਰ ਨਿਹਾਲ ਬਸ ਵੇਖਿਆ ਹੀ ਹੈ ਵੇਖ ਕੇ ਆਖਿਆ ਜੇ ਤੂੰ ਹੋ ਕੇ ਰਵੇਂਗਾ ਮੇਰਾ ਇੰਨੀ ਗੱਲ ਆਹੋ ਹੀ ਗਿਆ ਹੋਰ ਕਿਹਾ ਹੀ ਨਹੀਂ ਕਹਿੰਦੇ ਨੇ ਜਿੰਨਾ ਵਧਾ ਲੇਗਾ ਨਾ ਪਿਆਰ ਜਿੰਨਾ ਵਧਾ ਲੇਗਾ ਪਿਆਰ ਫਿਰ ਓਨਾ ਹੀ ਸਤਿਗੁਰ ਵੱਲ ਨੂੰ ਜਦੋਂ ਵਧੇਗਾ ਨਾ ਓਨੀ ਪ੍ਰੀਤ ਸੰਗਤ ਦੇ ਵਿੱਚ ਵਧੇਗੀ ਤੇਰੀ ਕੀ
की आख्या जे तू हो के रवेगा मेरा सब जग तेरा हो जाएगा। संता ने कहना कहना ओए सार गुरु दी जान दे गुरु वाले ओए मन मुख की गुरा दी सार जाने मन मुख की संत कहिंदे ने मार इनू ओ किनू कहना जेड़ा गुरु नाल विछोड़ के आ खवाण वास्ते ले आया ओ लगियां वाले जान दे लगियां वाले जान दे लगियां वाले जान दे लगियां वाले जान दे ओ लगियां वाले जान दे लगियां वाले जान दे लगियां वाले जान दे लगियां वाले कदम कदम ते सो सो ठोकर कदम कदम ते सो सो ठोकर
जिथे छवा प्रेम दी जलदी है उथे पहुंचना काम परवानिया दा। भैड़े पूड़ मुड़े आंदे राह विचों डर जिन्हां नूं जग दे तनिया दा। किसी ने कहा भोरिया जा वेख के दिया लाइट जल्दी है ते जे जल्दी हुई सानू भी दसी अहीं वी आवांगे। दरबार च कीर्तन दवान लगा है ते जे कोई आखे जेड़ा सिख है गुरु जेड़ा गुरु दा सिख है अंदरों जो पै देख दीपक पतंग पछम नूं ताके जीवन जन्म को लाश न लगावे। ओ लाइट वेख के जे पतंगा पछा वेखे भी कितने मैं मरना जावा फिर कहिंदे ने अपने जीवन नूं जन्म नूं कुल नूं दाग पिया लाउंदा। जे आखे मैं दरबार चो जाके घर दे नूं भी दसा ओ चलीए कहिंदे ने नहीं 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 एक वारी आ गया ते फिर आके गुरां दे द्वारे मुड़ के जाण दा की कम करिए रज के दीदार झाती पाण दा की कम ते भावे सूली चढ़ना पै जाए फिर घबराण दा की कम। कहिंदे ने जा पतंगिया वेख के दसी पतंगा गया ते वापस ही ना आया। दूजे पुछदे ने आया नहीं कहिंदे ने लाइट जलदी होएगी क्यों जे वापस आ जांदा फिर बुझी होनी सी। बोले सोनिया प्रिया कारे फिर हद नहीं रह जाती उन्होंने जिन्हां नूं पता लग जाए मेरे सतगुर के दरबार दे विच उन्हां दे गुण पे गए जांदे ने। लाहौर दे विच सतगुर आए साखी नहीं सुनाउणी बहुती लंबी बस अंश सतगुर आए ने ते फिर कीर्तन की आवाज आउंदी सी हुण ते बाहर घट जांदी है ना ते उदों असी ओ कुछ समा पिछे साडे परिवारां दे विच महापुरशां साधां ने आउणा ते रात नूं दीवान लाउणा कोठे दे उत्ते छत दे उत्ते तप्पड़ विछा लैणे कोई मैक नहीं सी कोई साज ना होणे चाननी रात होणी ते आवाज कई कई किलोमीटर तक जाणी ते फिर जिन्हें जिन्हें सुननी जे कोई सुता है तो उठ के बह गया जेड़ा बैठा है उठ के तुर पिया जेड़ा तुरया गुरु घर पहुंच गया। ए सी सुभा ए नहीं सी भी उत्थे नहीं जाना उत्थे उन्हां दा घर है नहीं 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 संतां दा आवाजा होना ते दो दो तीन तीन पिंडां तक आवाज जानी संतां दी ते आ जाना। लाहौर दे विच सतगुरां ने बख्शिश कीती एक रात नूं थक के सुता होया सी कच्ची छत सी कच्ची छत दे उत्ते थोड़ी थोड़ी इन्हां दिनां दी गल हवा वगदी सी जदों कन्नां दे विच आवाज पई सुख बनिया लम्मे पिया उठ के बह गया जदों बैठा ते चौंकड़ा मार लिया जदों चौंकड़ा मारिया हुण चौंकड़ा मारिया होर भी बाणी अंदर घाल कर दी जांदी होर भी आनंद आई जांदा रस मिली जांदा ਕਹਿੰਦਾ ਜਿਹੜੀ ਇੱਥੇ ਇੰਨਾ ਰਸ ਦਿੰਦੀ ਹੈ ਜੇ ਕੋਲ ਪਹੁੰਚ ਜਾਵਾਂਗੇ ਤੇ ਕੀ ਬਣੇਗਾ। ਬਸ ਲੰਮੇ ਪਿਆ ਸੀ ਉੱਠ ਬੈਠਾ ਚੌਂਕੜਾ ਮਾਰਿਆ ਜਦੋਂ ਗੁਰੂ ਕੀ ਬਾਣੀ ਕੰਨਾਂ 'ਚ ਪਈ ਫਿਰ ਬੈਠਾ ਨਾ ਰਹਿ ਗਿਆ ਕੋਠੇ ਦੇ ਉੱਤੋਂ ਉੱਤਰ ਗਿਆ ਜਿੱਧਰੋਂ ਆਵਾਜ਼ ਆਉਂਦੀ ਉੱਧਰ ਨੂੰ ਤੁਰਿਆ ਜਾਂਦਾ ਜਦੋਂ ਤੁਰਿਆ ਜਾਂਦਾ ਆਵਾਜ਼ ਤੇਜ਼ ਹੁੰਦੀ ਜਾਂਦੀ ਹੈ ਆਵਾਜ਼ ਤੇਜ਼ ਹੁੰਦੀ ਜਾਂਦੀ ਹੈ ਤੇ ਮਨ ਦੇ ਵਿੱਚ ਹੋਰ ਵੀ ਉਤਸ਼ਾਹ ਵੱਧਦਾ ਹੀ ਜਾਂਦਾ ਹੈ ਕਿਹੜਾ ਹੈ ਕਿਹਦੀ ਐਡੀ ਸੋਹਣੀ ਆਵਾਜ਼ ਹੈ ਅੰਦਰ ਤੱਕ ਜਾਂਦੀ ਆ ਤੇ ਬਾਣੀ ਕਦੀ ਸੁਣੀ ਨਹੀਂ ਆ ਤੇ ਬਚਨ ਕਿਤੇ ਸੁਣੇ ਹੀ ਨਹੀਂ ਸਨ ਵੇਖਿਆ ਕਿ ਲਾਹੌਰ ਦੇ ਵਿੱਚ ਦੀਵਾਨ ਲੱਗਾ ਹੋਇਆ ਪੰਜਵੇਂ ਪਾਤਸ਼ਾਹ ਸਤਿਗੁਰ ਤਖਤਾਂ ਦੇ ਮਾਲਕ ਤਖਤਾਂ ਦੇ ਬੈਠੇ ਹੋਏ ਨੇ ਤੇ ਕੀਰਤਨੀਆਂ ਦੀਵਾਨ ਲਾਏ ਤੇ ਆਪ ਸਤਿਗੁਰ ਨਾਲ ਪੜ੍ਹਦੇ ਪਏ ਬਾਹਰ ਖਲੋਤਾ ਰਿਹਾ ਨਹੀਂ ਗਿਆ ਖਲੋਤਾ ਫਿਰ ਗਾਂ ਹੋਇਆ ਜਦੋਂ ਅੱਗੇ ਹੋਇਆ ਆਖਿਆ ਐਡੇ ਐਡੇ ਸੋਹਣੇ ਬਸਤਰ ਪਾਏ ਹੋਏ ਨੇ ਲੋਕਾਂ ਨੇ ਉਹ ਇੰਨੀਆਂ ਸੋਹਣੀਆਂ ਵਿਛਾਈਆਂ ਹੋਈਆਂ ਨੇ ਮੈਂ ਤੇ ਦਿਹਾੜੀ ਲਾ ਕੇ ਆਇਆ ਸਾਂ ਥੋੜੇ ਬਹੁਤੇ ਪੈਰ ਪੂਰ ਧੋ ਕੇ ਲੰਮਾ ਪੈ ਗਿਆ ਮੈਂ ਤੇ ਉਦਾਂ ਹੀ ਆ ਗਿਆ ਮੈਨੂੰ ਕੌਣ ਜਾਣੇਗਾ ਲੱਗਾ ਜੋੜਿਆਂ ਦੇ ਵਿੱਚ ਬਹਿਣ ਸਤਿਗੁਰੂ ਕਹਿੰਦੇ ਨੇ ਭਾਈ
आ तेरी जगह ते पहले ही रखी हुई है। आखो सतनाम चरण सरण गुर एक पैंड जाए चा सतगुर कोट पैंडा पहला थां बना के सतगुरां ने तेरी थां ते आ रखी हुई है। हुण करां की जेब दे विच ओ कौडी सी आख्या एडे एडे उपहार पए ने एडा कुछ पिया ओए आ कौडी नूं कौन पुछेगा। जदों गां आया सतगुरां ने हाथ कर दिता वो लिया साड़ी इमानत सानू दे दे हुण हद नहीं रह गई मस्ताना हो गया। गल वस च ना रही वसो पार हो गई गल वस च ना रही वसो पार हो गई गल वस च ना रही वसो पार हो गई गल वस च ना रही वसो पार हो गई। मनी सिंह जी के माता जी हुणे बचन सुनाया महाराज जी का बचन सुनाया कहिंदे मैं दर्शन किए साहब किले वालिया कहिंदे ने एक बड़ी बुजुर्ग जी माता संगतां दीआं लैणां लगियां होईआं सन ते तुरिया ना जावे ते महाराज गांह आवाज मार ली इत्थे लागे आ जा ते कहिंदे ने लिया फड़ा साडी मानत कहिंदे उन्हें पता नहीं कदों कदियां उह बना बना के गठियां रखियां सन एक एक दो दो रुपईए दीआं जोड़ मैले नोट किदां दे नोट लिया के महाराज ते महाराज दो हाथ च लैके आह फिर हद केड़ी हुंदी है। मैं छुपाई सी बथेरी पर गाल हो गई मैं छुपाई सी बथेरी अज गाल हो गई छुपाई सी बथेरी अज गाल हो गई प्रेम ते प्रेमी खड़े बराबर प्रेम ते प्रेमी खड़े बराबर वो झगड़ा सुनो निराला है पड़ता कुदरत वाहत वाला पड़ता कुदरत वाहत वाला जिस तो अजब उजाला है प्रेम कहे सुन प्रेमी मेरे प्रेम कहे सुन बाजार से रोलांगा ते प्रेमी आखे पूरा तोली प्रेमी आखे पूरा तोली घट तोले ता बोलांगा पहला सोच ले ए प्रेम लगोया भी नहीं जाना पहला सोच ले ए प्रेम लगोया भी नहीं जाना पहला सोच ले ए प्रेम लगोया भी नहीं जाना नहीं जाना पहला सोच ले ए प्रेम लगोया भी नहीं जाना चित जान कुर्बान ते थो होया भी नहीं जाना चित जान कुर्बान से तो होया भी नहीं जाना इंतजार कुर्बान से
ਮਾਰੀ ਤੈਨੂੰ ਸਾਰੇ ਪਾਸਿਓ। ਸਾਡੇ ਨਾਲ ਕੋਈ ਸਾਧ ਸੀ ਤੇ ਅਸੀਂ ਇਕੱਠਿਆਂ ਨਹੀਂ ਸਿੱਖਿਆ ਪ੍ਰਾਪਤ ਕੀਤੀ, ਉਹ ਵੀ ਦੀਵਾਨ ਕੀਰਤਨ ਕਰਨ ਲੱਗ ਪਿਆ, ਮੈਂ ਨਹੀਂ ਸੀ ਅਜੇ ਕਰਦਾ। ਤੇ ਸੰਤਾਂ ਨੇ ਉਹਨੂੰ ਕਹਿਣਾ, ਮਹਾਂਪੁਰਸ਼ਾਂ ਨੇ, ਓਏ ਬੰਦਗੀ ਕਰਿਆ ਕਰ, ਭਜਨ ਕਰਿਆ ਕਰ, ਹਜੇ ਇਸ ਪਾਸੇ ਨਾ ਪੈ। ਆਵਾਜ਼ ਬੜੀ ਸੋਹਣੀ ਸੀ, ਧੱਕੇ ਨਾਲ ਹੀ ਸੰਗਤ ਨੇ ਕਹਿਣਾ, ਨਹੀਂ ਜੀ ਇਹਦੇ ਕੋਲੋਂ ਸ਼ਬਦ ਪੜਵਾਓ। ਹੁਣ ਸੰਤਾਂ ਦਾ ਵਚਨ ਬੜਾ ਵੱਡਾ ਸੀ, ਉਹ ਕਹਿੰਦੇ ਨੇ ਭਜਨ ਕਰਿਆ ਕਰ, ਤੈਨੂੰ ਕਿਹਾ। ਹੁਣ ਨਾ ਮੁੜਿਆ, ਨਾ ਮੁੜਿਆ, ਨਾ ਮੁੜਨ ਦਿੱਤਾ ਸੰਗਤ ਨੇ, ਧੱਕੇ ਨਾਲ ਹੀ ਲਾ ਲੈਣਾ। ਪਰ ਉਹ ਦਿਨ ਆ ਗਿਆ, ਸੰਗਤ ਨੇ ਕਹਿ ਕੇ ਕਹਿੰਦੇ ਨੇ, ਸੰਤ ਤੇ ਤੈਨੂੰ ਤਾਂ ਨਹੀਂ ਕੀਰਤਨ ਕਰਨ ਦਿੰਦੇ ਕਿਉਂਕਿ ਇਹਨਾਂ ਦੀ ਘਟਦੀ ਹੈ, ਤੇ ਤੂੰ ਛੱਡ ਇਹਨਾਂ ਨੂੰ, ਇਹਨਾਂ ਕੋਲ ਕੀ ਲੈਣਾ, ਚੱਲ ਤੈਨੂੰ ਕੀਰਤਨ ਕਰਵਾ ਦੇ, ਵੱਡੇ ਵੱਡੇ ਦੀਵਾਨ ਹੋਣਗੇ ਤੇਰੇ, ਬੜਾ ਕੁਝ ਹੋਏਗਾ। ਮੰਨ ਗਿਆ, ਦੇਖਦਾ ਸੀ ਅੱਗੇ ਮੇਰੀ ਆਵਾਜ਼ ਬੜੀ ਚੰਗੀ ਹੈ, ਮੇਰੇ ਕੋਲ ਬੜਾ ਗੁਣ ਹੈ। ਉਹ ਗੱਲ ਭੁੱਲ ਗਈ ਸੰਤ, ਕਹਿੰਦੇ ਕਰਿਆ ਕਰ, ਬੰਦਗੀ ਕਰਿਆ ਕਰ, ਨਾਮ ਜਪੇ, ਨਾ ਨਾ ਆਵਾਜ਼ ਬੜੀ ਚੰਗੀ। ਥੋੜੇ ਜਿਹੇ ਦਿਨ ਗਿਆ, ਉਹ ਇੱਕ ਦੋ ਪਿੰਡਾਂ 'ਚ ਦੀਵਾਨ ਉਹਨਾਂ ਲਵਾ ਦਿੱਤੇ, ਤੇ ਹੁਣ ਤੀਜੇ ਪਿੰਡ ਦੇ ਵਿੱਚ ਗਿਆ ਹੈ ਨਾ, ਤੇ ਨਾ ਤੇ ਅੱਗੋਂ ਕੋਈ ਬਚਨ ਆਉਂਦਾ, ਨਾ ਆਵਾਜ਼ ਕੰਮ ਕਰਦੀ ਹੈ, ਤੇ ਨਾ ਸ਼ਬਦ ਪੜਿਆ ਜਾਂਦਾ। ਬੈਠਾ ਹੋਇਆ ਵਾਜੇ ਤੇ ਸੰਗਤਾਂ ਅੱਗੇ ਬੈਠੀਆਂ ਹੋਈਆਂ ਨੇ, ਹੁਣ ਪਿੱਛੇ ਕੁੰਜੀ ਹੱਥ ਸਾਧੂਆਂ ਦੇ ਆਈ ਏ ਮਿਲਦੀ ਪ੍ਰੇਮ ਕੀਤਿਆਂ, ਕੁੰਜੀ ਹੱਥ ਸਾਧੂਆਂ ਦੇ ਆਈ ਏ ਮਿਲਦੀ ਪ੍ਰੇਮ ਕੀਤਿਆਂ, ਸਾਧੂਆਂ ਦੇ ਆਈ ਏ ਮਿਲਦੀ ਪ੍ਰੇਮ ਕੀਤਿਆਂ, ਹੱਥ ਸਾਧੂਆਂ ਦੇ ਆਈ ਏ ਮਿਲਦੀ ਪ੍ਰੇਮ ਕੀਤਿਆਂ। ਖਾਧੀਆਂ ਠੋਕਰਾਂ ਉਹ ਜਿਹੜੇ ਕਹਿੰਦੇ ਸੀ ਨਾ, ਉਹ ਤੇਰੇ ਦੀਵਾਨ ਲਵਾਵਾਂਗੇ, ਹੁਣ ਉਹ ਹੀ ਕਹਿੰਦੇ ਨੇ, ਬਾਬਾ ਜੀ ਹੋਇਆ ਕੀ ਅੱਜ ਤੁਹਾਨੂੰ। ਉਹ ਹੁਣ ਰੋਣ ਲੱਗ ਪਿਆ, ਅੱਖਾਂ 'ਚ ਅੱਥਰੂ ਆ ਗਏ, ਯਾਦ ਆ ਗਈ ਪਿਆਰੇ ਦੀ। ਪਿਆਰਾ ਕੀ ਕਹਿੰਦਾ ਸੀ, ਪਿਆਰਾ ਕਹਿੰਦਾ ਸੀ ਉਹ, ਨਾਮ ਜਪਿਆ ਕਰ, ਭਜਨ ਕਰਿਆ ਕਰ, ਹਜੇ ਇਸ ਕੰਮ ਵੱਲ ਨਾ ਪੈ। ਹੁਣ ਯਾਦ ਆ ਗਈ, ਜਦੋਂ ਮਾਰੋ ਮਾਰ ਹੋਈ ਤੈਨੂੰ ਸਭ ਪਾਸੇ, ਹੁਣ ਤੂੰ ਤੇ ਹੱਸਣਾ ਏ ਕੀ ਤੇ ਤੂੰ ਰੋਇਆ ਵੀ ਨਹੀਂ ਜਾਣਾ, ਹੱਸਣਾ ਏ ਕੀ ਰੋਇਆ ਵੀ ਨਹੀਂ ਜਾਣਾ, ਤੇ ਹੱਸਣਾ ਏ ਕੀ ਤੇ ਤੂੰ ਰੋਇਆ ਵੀ ਨਹੀਂ ਜਾਣਾ, ਤੂੰ ਤੇ ਹੱਸਣਾ ਏ ਕੀ ਤੇ ਤੂੰ ਰੋਇਆ ਵੀ ਨਹੀਂ ਜਾਣਾ। ਓ ਭਾਈ ਇਹ ਸਾਧੂਆਂ ਦੇ ਹੱਥ ਗੁੰਜੀਏ, ਮਹਾਂਪੁਰਸ਼ਾਂ ਦੇ ਹੱਥ ਗੁੰਜੀਏ, ਮਤ ਕੋਈ ਭਰਮ ਭੁੱਲੇ ਸੰਸਾਰ, ਗੁਰਬਿਨ ਕੋਈ ਨਾ ਉਤਰਸ, ਐਵੇਂ ਭੁਲੇਖੇ 'ਚ ਨਾ ਰਹੀਏ। ਜਿਹਦਾ ਮੁਰਸ਼ਦ ਹੈ ਉਹਦਾ ਉਹਦੇ ਸਿਰ 'ਤੇ ਹੱਥ ਹੈ, ਜੋ ਕੋਈ ਜਿਸ ਨੂੰ ਪਿਆਰ ਹੈ ਕਰਦਾ ਉਸੇ ਦੀ ਗੱਲ ਕਰਦਾ, ਇਹ ਵੱਖਰੀ ਗੱਲ ਹੈ। ਉਹਦਾ ਪਹਿਰਾਵਾ ਕੀ ਹੈ, ਉਹ ਕਿੱਦਾਂ ਦਾ ਲੱਗਦਾ, ਕੀ ਭੇਖ ਧਾਰਿਆ, ਇਸ ਗੱਲ ਨਾਲ ਨਹੀਂ, ਬਸ ਅੰਦਰ ਜਿਹਦਾ ਲੱਗਾ ਹੋਇਆ। ਜੋ ਕੋਈ ਜਿਸ ਨੂੰ ਪਿਆਰ ਹੈ ਕਰਦਾ ਉਸੇ ਦੀ ਗੱਲ ਕਰਦਾ, ਲੋਕੀ ਉਹਨੂੰ ਲੱਖ ਪਏ ਮੋੜਨ, ਉਹ ਮਰਨੇ ਉਹਦੇ ਹੀ ਮਰਦਾ, ਉਹ ਉਹਦੇ ਹੀ ਮਰਦਾ, ਹੋਰ ਜਿਹਦਾ ਮਰਜ਼ੀ ਨਾਂ ਲੈ ਲੈ ਕੇ ਘੋੜੀਆਂ ਗਾਈ ਜਾਈਏ, ਉਹਨੂੰ ਉਹਦਾ ਹੀ ਚੇਤਾ ਹੁੰਦਾ, ਉਹਨੂੰ ਉਹਦਾ ਹੀ ਚੇਤਾ ਹੁੰਦਾ, ਉਹਦੀ ਤਾਰ ਉੱਥੇ ਹੀ ਅੜੀ ਹੁੰਦੀ ਹੈ, ਉਹਦੀ ਉਹਦੇ ਨਾਲ ਲੱਗੀ ਹੈ। ਅਤੇ ਉਹ ਪੜ੍ਹਦੇ ਹੁੰਦੇ ਨੇ, ਸਾਡੀ ਜਿਹਦੇ ਨਾਲ ਲੱਗੀ ਹੈ ਲੱਗੀ ਰਹਿਣ। ਸਾਡੀ ਜਿਹਦੇ ਨਾਲ ਲੱਗੀ ਏ ਤੇ ਲੱਗੀ ਰਹਿਣ, ਸਾਡੀ ਜਿਹਦੇ ਨਾਲ ਲੱਗੀ ਏ ਤੇ ਲੱਗੀ ਰਹਿਣ, ਸਾਡੀ ਜਿਹਦੇ ਨਾਲ ਲੱਗੀ ਏ ਤੇ ਲੱਗੀ ਰਹਿਣ, ਸਾਡੀ ਜਿਹਦੇ ਨਾਲ ਲੱਗੀ ਏ ਤੇ ਲੱਗੀ ਰਹਿਣ। ਲੋਕੀ ਆਖਦੇ ਨੇ ਠੱਗੀ ਏ ਤੇ ਠੱਗੀ, ਲੋਕੀ ਆਖਦੇ ਨੇ ਠੱਗੀ ਏ ਤੇ ਠੱਗੀ ਰਹਿਣ,
संतां ने कहना करना लोकी आखदे ने संत लुटेरे ने संतां ने देहरादून वालिया ने भजन पढ़ना कहना लोकी आखदे ने संत लुटेरे ने ते नाले पढ़ना कहना मैं भी आखना वा संत लुटेरे ने क्यों इन्हां दे रब दी गली दे विच फेरे ने आ साडियां गलियां च नहीं फिरदे गेड़ियां दिंदे इन्हां दियां उन्हां दियां गलियां च फेरे ने फिर एवें नहीं असीं आके आपो अपने काम करवाउंदे जे इन्हां दी बणी होई है ना तां ही कहिंदे आ जी आ काम भी करवा दिओ आ भी साडी अर्ज कर दिओ आ भी अरदासा कर दिओ आ मेरी बीमारी है हट जाए फिर भाई तुहाडा एक्सपीरियंस है तुसीं जाणदे हो साढ़े तो वध किनूं की दिता है उहदे मालक ने किनूं की उहदे मालक ने दिता है की उहदी अंदर दी जिहड़ी है बोलिया भी नहीं पूरी कर दिती है धन है ना फिर वो फिर कहिंदा कोई गल नहीं मेरी जे ठगी है ना तो ठगी रहण दे वो मेरी ठगी नाल ही काम चलता कबीर जी कहिंदे ने मैं जाण्यो पढ़बो भलो मैं तो समझिया सी पढ़े लिखे चंगे ने पर कहिंदे ने नहीं नहीं पढ़बे स्यो पल जोग आ मैं ये गल जानी है पढ़े लिखे तर्क बड़ा करते ने सियाणियां गल्लां करते ने सियाने बनाउंदे ने कहिंदे ने मैं तो समझिया पढ़बे स्यो पल जोग पर भगत ना छोड़ू राम की भावे निंदो आ भावे दुनिया जो मर्जी कवे मैं तो नहीं अपना सतगुर छड़ना मैं तो नहीं उन्हूं छड़ना जो मर्जी कवे दुनिया सो भाई तानो तानो चार बजे तो आके इत्थे दर्शन दे रहे उस तो भी पहला दे तुहाडा ते देन दे नहीं सकते असी क्यों प्यो जिहड़ा पुत्र नूं चार गल्लां वध कह दिओ कहिंदा तू ते कमला ही है तू ते हटदा ही नहीं रोज कहणो इक्को ही गल कही जाना भावें प्यो चंगा ही कहिंदा होवे वो पढ़िया कर वो आ करिया कर वो इदां करिया कर पर पुत्र कहिंदा नहीं नहीं इहदा ते रोज दा काम हो गया हुण बुढ़े दा तुहानू तुसीं भाई साडियां कमलिया रौलिया दियां कमलियां ही सुणदे हो संतां ने कहना पंज भरा सन संत करम सिंह जी स्वर्ण सिंह जी वो पंज भाई सन ते पंजे कीर्तन करदे सन महाराज जी दे कोल एक दो नूं जॉब मिल गई सरकारी नौकरियां महाराज ने छुड़वा दित्तियां कहिंदे ने इह नौकरियां नहीं करनियां गुरु की नौकरी करनी है सतगुर की नौकरी करनी है छड़ दिओ छड़ के घर सद लिया हुण पंजे कीर्तन करदे सन ते पंजा ने जदों कीर्तन करना ते एक दूजे तो वाजा खोलना इन्ने जोश च आउणा बड़ियां उहनां दियां कवालियां बड़े बचन बड़े बड़े वड्डे इतिहास लिखे हुए ने जिहड़े इतिहास अज कल बड़े बड़े वड्डे साधु साडे बोलदे ने सारे उहनां दे इतिहास लै के आए सन नशहरा साहिब तों महापुरश साधु अनेक ते जदों वड्डे भाई साहब सन उहनां दे करम सिंह जी बिरध हो गए तो चढ़ाई करन लगे कहिंदे ने स्वरण सिंह जी आ वेखो मेरे कोल तुहाडे नाल छोटे भाई नूं वड्डे भाई साहब कहिंदे ने तुहाडे नाल बोलदिआं बड़ियां कीर्तन करदिआं वाद घट होई आ वेखो मेरे हाथ च नाले बंदगी बंदगी इन्नी कि पत्तण दे विच खलो के बंदगी कीती ते लत्तां मच्छियां ने खा छड़ियां हड्डियां निकल आईआं चुक के लिआंदा रूं दे विच वलेट
ते कहिंदे ने हाथ जोड़ के ते जदों चले गए ते छोटे भाई सोरन सिंह जी अखां च हंजू भरे जल प्रवाह कीता सी ते नाले जांदियां जांदियां कहिंदे ने हुण आ गल पढ़ी आ पढ़ के फिर समाप्ति कर दिंदे आ। धन सन वो भाई घट भरा घट ते साधु गुरसिख ज्यादा धन सी उन्हां दा प्यार जांदिया जांदिया अखां च हंजू ते नाले बुल फड़कदे सन बजुर्ग सन ते नाले पड़ी मेले विच दरगाह मेले विच दरगाह बिछड़े आ सजना दे विच दरगाह हो कीर्तन करना कहना सात संगत जी साडा कमलियां दा टब्बर है ते असी हटदे नहीं ना असी हटदे नहीं ते संगत ने कहना सानू इन्हां दी रसना जिहड़ी है ना वह बहुत ही प्यारी लगदी सो भाई धन तुसी हो सब दा धन्नवाद बहुता उन्हां दा धन्नवाद हर वारी करने आ हर स्टेज ते करने आ सब तो ज़्यादा उन्हां दा धन्नवाद जिन्हां दे गोडे पीड़ करदे भी तां वी बैठे ने हर थान ते यही कहने क्यों जिन्हों आनंद आ गया चौंकड़ा मार के बह गया ओदी ते भावे अठे पैर ही लगी रवे ते जिहदे गोडे पीड़ करदे नाले उहनू कुट्टी जांदा नाले कहिंदा बह जा मना होर वाहवा आनंद बनिया ते धन्नवाद उहनां दा भाई धन्नो तुसी धन साध संगत धन गुरु प्यारे धन ये दरबार जिन्हां ने इन्नियां संगतां नूं गुरु दे लड़ दे नाल लाग नाल यह नहीं कि कल्ला लड़ना ही लाया नाल वह भी गल दसी है जिहड़ी गुरु साहब ने सानू दसी हुई है केड़ी आठ पैर आराध्य है पिछले समय च भी बड़े मूल मंत्र कई लखा ही इस गल की तो गिनती मिनती कोई नहीं हुण भी अगों यही सिक्ख्या देंदे ने ते तानो भाई तुसी साड़ी इन्नी हाजरी प्रवान करो तो साढ़े ते नज़र करो कि सतगुर कृपा करी इन्हों के उत्ते कि वह काम ना हो जाए उन्हें सा जोड़ा साधु कहते सन वो नाम जप भजन कर कहता सी नहीं आवाज चंकी है तुसी नज़र करनी है साध संगत दे विच बहुत बरकत गुरु सतगुर सदा बख्शनहार मेहर करे बख्शिश करे इस तरह साढ़े सब दे सिर ते हाथ रखे महापुरशां ने बहुत बहुत शैबरा लाइया ने इत इना लाइया भाई अमृतपाल जी कहते सन जे बाहर पैंदा है ना तो अंदर भी पे है गल औखी है हुण आने वाला है धन गुरु अर्जन देव जी तवी ते बैठे सन अंदर वह पैंदा सी जिहड़ी गल इन्हां कही है तत्ती तवी ते बैठे सन सिर ते तत्ती रेता पैंदी सी अंदर ठंड पई हुई सी अंदर ठंड पई हुई सी दिल ही नहीं सी करदा उठन नूं चुक के लाया दो सिखारे थले की सी ओ गुरु की शक्त सी गुरु के भजन दी नाम दी आप लैके आए सन सारियां बरकतां सो भाई सतगुर कृपा करन किनका
एक रति दे दे संता पढ़ना एक रति हूं कहते एक रति तो बिना नहीं एक रति दे रति कृपा कर दियो नाम दी। सो भाई सारिया संगत गज के बुलायो जी बोले सो निहाल सत श्री अकाल।